मैनू की पता जी, तीन तीन दिन बाद घर आंदे ने। मैनू की पता तीन तीन दिन बाद घर आंदे ने। उत्तों आके मैनू कहंदे ने झूठ बोल चौधरी साहब अगे। ओ जिल्ला मैनू पुछदे ने कहण, जदों भी पुछण ते कहणा घर ही हुंदे ने। हालांकि ओ घर नहीं हुंदे। मेरी गल सुन, मैं उतर जाणा। दोबारा कर रहे करो करो पक्का करो शाबाश। अपना नाम लिख दिता करो। मेरी गल सुनो, एक मिनट इन हो पता
ਕੀ ਤਕਲੀਫ ਹੈ ਤੈਨੂੰ ਕੀ ਤਕਲੀਫ ਹੈ ਤੈਨੂੰ ਮੈਨੂੰ ਕੋਈ ਤਕਲੀਫ ਨਹੀਂ ਚਦਰਾਣੀ ਨੂੰ ਤਕਲੀਫ ਇਹ ਬਾਸ ਬੰਦ ਕਰ ਲੈ ਮੇਰਾ ਕਹਿਣ ਦਾ ਮਕਸਦ ਹੈ ਚਦਰਾਣੀ ਨੇ ਬੁਲਾਇਆ ਹਾਏ ਅਸਲਾਮ ਅਲੈਕਮ ਚਦਰਾਣੀ ਜੀ ਅਸਲਾਮ ਅਲੈਕਮ ਚਦਰਾਣੀ ਜੀ ਵਾਲੇਕਮ ਸਲਾਮ ਅੱਛਾ ਉਹਨੂੰ ਮੈਸੇਜ ਬਣਾਉਂਦਾ ਮੈਂ ਉਹ ਆਪ ਜਾਓ ਦੇ ਨਹੀਂ ਗੱਲ ਸੁਣ ਨਹੀਂ ਗੁਲਾਬੋ ਕਿੰਨਾ ਚਿਰ ਹੋ ਗਿਆ ਤੈਨੂੰ ਤੇ ਨੌਕਰੀ ਤੂੰ ਮੈਨੂੰ ਇਹ ਦੱਸ ਕਿੰਨੀ ਦੇਰ ਹੋ ਗਈ ਤੈਨੂੰ ਇੱਥੇ ਕੰਮ ਕਰਦੇ ਆ ਹਾਂ ਮੈਨੂੰ 5 ਸਾਲ ਹੋ ਗਏ ਨੇ ਮੈਨੂੰ 5 ਸਾਲ ਹੋ ਗਏ ਨੇ ਬੀਬੀ ਜੀ 5 ਸਾਲ ਇੱਥੇ ਕਾਗੀ ਕੀ ਹਵੇਲੀ ਚ मेरी गल सुन ली तू काम करनी है मेरे पुत्र दस किथे ने मेरे दोवे जवान पुत्र घर च नजर नहीं आंदे नाम ही माजा ते साजा साजा ओ मेनू नजर नहीं आंदे किथे ने हां जी तुहाडे पुत्र जी तीन दिन घर नहीं आंदे जदों भी आंदे ने रात दे 2 बजे आंदे ने तुहाडे पुत्र तीन दिन घर नहीं आंदे जदों भी आंदे ने रात दे 2 बजे आंदे ने तीन दिन घर नहीं आंदे ਉਹ ਵੀ ਆਂਦੇ ਨੇ 2 ਵਜੇ ਤੇ ਤੂੰ ਮੈਨੂੰ ਉਠਾ ਦੇ ਕਿਉਂ ਨਹੀਂ ਤੇ ਬੀਬੀ ਜੀ ਉਹ ਇਹਨੂੰ ਵੀ ਉਹੀ ਸਵਾਲ ਕਰਨਾ ਹੈ ਤੇ ਜਦੋਂ ਆਂਦੇ ਨੇ ਉਹਨਾਂ ਰੋਟੀ ਖਵਾਣੀ ਹੈ ਹਾਂ ਤੇ ਮੈਨੂੰ ਇਹ ਦੱਸ ਤੂੰ ਨੁਕਰਾਣੀ ਇਸ ਘਰ ਦੀ ਜਦੋਂ ਮੇਰੇ ਪੁੱਤਰ ਰਾਤ ਨੂੰ 2 ਵਜੇ ਆਂਦੇ ਨੇ ਤੂੰ ਉਹਨੂੰ ਰੋਟੀ ਖਵਾਣੀ ਹੈ ਜੀ ਖਵਾਣੀ ਹੈ ਜੀ ਪਾਣੀ ਪਿਆਨੀ ਹੈ ਜੀ ਨਾਸ਼ਤਾ ਕਰਾਣੀ ਹੈ ਜੀ ਦੁੱਧ ਪਿਆਨੀ ਤੀਸਰੀ ਬੇਟੇ ਦੁੱਧ ਅੱਛਾ ਆਪ ਰੋਟੀ ਦੇਣੀ ਹੈ ਪਾਣੀ ਦੇਣੀ ਦੁੱਧ ਪਿਆਨੀ ਦੁੱਧ ਆਪਣਾ ਆਪਣਾ ਜੀ ਲੈ ਕੇ ਉਹ ਕਿਉਂ ਦੁੱਧ ਪਿਆ ਕਿਉਂ ਦੁੱਧ ਪਿਆ ਹੋਇਆ ਮੇਰੇ ਗਰੀਬ ਤੇ ਹੱਕ ਤੇ ਦੱਸ ਦੇ ਨਾ ਮਾਤ ਉਹ ਕਿਉਂ ਦੁੱਧ ਪਿਆ ਵਿੱਚ ਕਰਾਣੀ ਜੀ ਉਹਨਾਂ ਦੀ ਮਾਂ ਤੁਸੀਂ ਉਹ ਨਹੀਂ ਹਾਂ ਉਹਨਾਂ ਦੀ ਮਾਂ ਤੁਸੀਂ ਉਹ ਨਹੀਂ ਮੇਰੇ ਹੱਕ ਤੇ ਡਾਕਾ ਨਾ ਮਾਰੋ ਮੇਰੇ ਹੱਕ ਤੇ ਡਾਕਾ ਨਾ ਮਾਰੋ ਤੇਰਾ ਖਰਾਬ ਹੈ ਕੀ ਪੌਂਕੀ ਜਾਣਾ ਮੈਂ ਜਿਹੜਾ ਫ੍ਰਿਜ 'ਚ ਦੁੱਧ ਰੱਖਿਆ ਉਹਦਾ 10 ਦਿਨ ਨਹੀਂ ਆ ਤੈਨੂੰ ਗਰੀਬ ਹੋ ਗਿਆ ਪੀ ਜਾਂਦਾ ਹੈ ਫ੍ਰਿਜ ਵਾਲਾ ਦੁੱਧ ਹੈ ਪੀ ਜਾਂਦਾ ਹੈ ਵੇ ਇਹਦਾ ਮਕਸਦ ਹੈ ਕਿ ਤੂੰ ਮੇਰੇ ਪੁੱਤਰਾਂ ਦਾ ਦੁੱਧ ਪੀ ਜਾਣਾ ਹੈ ਰੋਟੀ ਵੀ ਉਹਨਾਂ ਦੀ ਤੂੰ ਹੀ ਖਾ ਜਾਂਦਾ ਹੋਵੇਂਗਾ ਜਿੰਦ ਇਹਦਾ ਮਤਲਬ ਹੈ ਮੇਰੇ ਪੁੱਤਰਾਂ ਦਾ ਦੁੱਧ ਤੂੰ ਪੀ ਜਾਂਦਾ ਹੈ ਮੇਰਾ ਮਤਲਬ ਹੈ ਕਿ ਮੇਰੇ ਪੁੱਤਰਾਂ ਦਾ ਦੁੱਧ ਤੂੰ ਪੀ ਜਾਂਦਾ ਤੁਹਾਡੇ ਪੁੱਤਰਾਂ ਦਾ ਛੱਡ ਕੇ ਤੁਹਾਡਾ ਦੁੱਧ ਵੀ ਮੈਂ ਹੀ ਪੀ ਜਾਣਾ ਹਾਂ ਛੱਡ ਕੇ ਤੁਹਾਡਾ ਦੁੱਧ ਵੀ ਮੈਂ ਪੀ ਹਾਂ ਜੀ ਮੇਰਾ ਖਾਣਾ ਖਰਾਬ ਤੇਰਾ ਮਾਏ ਤੂੰ ਮੈਂ ਤੇ ਅੱਜ ਕੇ ਦੇ ਪੁੱਤਰਾਂ ਨੂੰ ਵੀ ਕਹਿ ਦੇ ਪਹਿਲਾਂ ਕਿਥੇ ਲੈ ਲੈ ਉਹ ਮੇਰਾ ਦਾ ਲੱਗ ਜਾਂਦਾ ਜੀ ਐ ਹੁਣ ਦੁਬਾਰਾ ਇਹ ਦੀ ਇਹਨਾਂ ਦੀ ਦੁਬਾਰਾ ਜੇਬੀ ਦੀ ਦੁਬਾਰਾ ਐਂਟਰੀ ਪੱਕ ਅਜਰਾ ਉਧਰ ਚੱਲ ਕੰਨ ਖੋਲ ਕੇ ਦੋਵੇਂ ਜਣੇ ਗੱਲ ਸੁਣ ਲਵੋ ਮੇਰੀ ਹਾਂ ਜਿਹਦੋ ਚੌਧਰੀ ਸਾਹਿਬ ਪਏ ਨੇ ਤੱਬੇ ਕਿਉਂ ਤਾਂ ਬੜੇ ਗੁੱਸੇ ਚ ਚੌਧਰੀ ਸਾਹਿਬ ਬੜੇ ਗੁੱਸੇ ਚ ਨੇ ਉਹਨਾਂ ਦਾ ਗੁੱਸਾ ਤੁਸੀਂ ਠੰਡਾ ਕਰਨਾ ਚੁੱਪ ਕਰਵੇ ਹਰ ਗੱਲ ਚ ਗੱਲ ਹਰ ਗੱਲ ਚ ਗੱਲ ਹਾਂ ਬਾਤ ਗੱਲ ਚੜਾਈ ਜਾਂਦਾ ਵੀ ਗੱਲ ਚ ਕੋ ਜਾ ਤੂੰ ਮੈਂ ਕੀਤੀ ਤੂੰ ਕਰੀ ਜੇ ਮੈਂ ਭਾਈ ਸੁਣ ਕੇ ਕਰ ਯਾਰ ਕੀ ਕਰ ਰਹੇ ਚਲ ਸੁਣ ਕੇ ਨਹੀਂ ਕਰਦਾ ਚਲੇ ਆਦਾ ਨਾ ਲੈਪਟਾਪ ਨਾ ਕੁਛ ਆਵੇ ਤੇ ਮੇਰੀ ਗੱਲ ਪਹਿਲੋ ਸੁਣ ਆਏ ਐਂ ਨਹੀਂ ਓਕੇ ਚਲ ਸ਼ਾਬਾਸ਼ 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 ਮੈਂ ਮੇਰੇ ਕਾਲ ਸਾਹਿਬ ਚੌਧਰੀ ਸਾਹਿਬ ਨੂੰ ਬੜਾ ਗੁੱਸਾ ਕਿਉਂਕਿ 3-4 ਦਿਨ ਤੋਂ ਉਹਦੇ ਪੁੱਤਰ ਨਜ਼ਰ ਨਹੀਂ ਆਏ ਸਾਜਾ ਤੇ ਮਾਜਾ ਜਦੋਂ ਚੌਧਰੀ ਸਾਹਿਬ ਇੱਧਰ ਆਣ ਬਲਕਿ ਆ ਹੀ ਰਹਿਣ ਤੇ ਤੁਸੀਂ ਇਹ ਕਹਿਣਾ ਕਿ ਰੋਜ਼ ਸ਼ਾਮ ਨੂੰ ਆ ਜਾਂਦੇ ਨੇ ਤੇ ਸਵੇਰ ਉੱਠ ਕੇ ਕੰਮ ਤੇ ਚਲੇ ਜਾਂਦੇ ਨੇ ਰੋਜ਼ ਸ਼ਾਮ ਨੂੰ ਆਉਂਦੇ ਨੇ ਘਰ ਘਰ ਹਾਂ ਤੇ ਸਵੇਰੇ ਉੱਠ ਕੇ ਕੰਮ ਤੇ ਚਲੇ ਜਾਂਦੇ ਕੰਮ ਤੇ ਚਲੇ ਜਾਂਦੇ ਇਹ ਦੋਵਾਂ ਜਣਿਆਂ ਨੇ ਇਹੀ ਗੱਲ ਕਰਨੀ ਹੋ ਠੀਕ ਹੈ ਬੇਗਮ ਓਹ ਹੋ ਨੌਕਰਾਂ ਨੂੰ ਦੇਖੋ ਮੇਰੀ ਵੇਖੋ ਹੈ ਅੱਛਾ